ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੀ ਫੈਬ ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ। ਕੋਟਕਪੂਰਾ ਗੋਲੀਕਾਂਡ ਮਾਮਲਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ ਅਦਾਲਤ ਦੇ ਵਿੱਚ ਇਕੱਠੀ ਚੱਲ ਰਹੀ ਹੈ ਅਤੇ ਦੂਜੇ ਪਾਸੇ SIT ਵੱਲੋਂ ਸਪਲੀਮੈਂਟਰੀ ਚਲਾਨ ਅਤੇ ਚਲਾਨ ਇਕੱਠੇ ਪੇਸ਼ ਕਰ ਦਿੱਤੇ ਗਏ ਨੇ। ਅਤੇ ਹੁਣ ਭਾਈ ਸੁਖਰਾਜ ਵੱਲੋਂ ਕਿਹਾ ਗਿਆ ਕਿ ਜੋ ਅਦਾਲਤ ਵੱਲੋਂ ਤਰੀਕਾਂ ਪਾਈਆਂ ਜਾ ਰਹੀਆਂ ਨੇ, 3 ਅਪ੍ਰੈਲ ਦੀ ਤਰੀਕ ਪਾਈ ਗਈ ਹੈ, 3 ਅਪ੍ਰੈਲ 2024 ਤਰੀਕ ਪਾਈ ਗਈ ਹੈ, ਹੁਣ ਤਰੀਕਾਂ ਨਹੀਂ ਪੈਣਾ ਚਾਹੀਦੀਆਂ, ਹੁਣ ਇਹਦੇ 'ਤੇ ਸੁਣਵਾਈ ਹੋਣੀ ਚਾਹੀਦੀ ਹੈ। ਬਹਿਬਲ ਕਲਾਂ ਅਤੇ ਕੋਟਕਪੂਰਾ ਕੇਸ ਦੀ ਜਿਹੜੀ ਤਰੀਕ ਆ 3-4 ਅੱਜ ਕੋਰਟ ਦੇ ਵਿੱਚ ਪਾਈ ਹੈ ਬਿਨਾਂ ਕਿਸੇ ਸੁਣਵਾਈ ਤੋਂ। ਸੋ ਮੈਂ ਪਿਛਲੇ ਲੰਮੇ ਸਮੇਂ ਤੋਂ ਜਿਵੇਂ ਤਰੀਕਾਂ 'ਤੇ ਆਪਾਂ ਕੋਰਟ ਦੇ ਵਿੱਚ ਆਉਂਦੇ ਹਾਂ, ਦੇਖਣ ਨੂੰ ਕੀ ਮਿਲਦਾ ਕਿ ਤਰੀਕ ਆ ਅੱਜ, ਤਰੀਕ ਆ 15 ਦਿਨਾਂ 'ਤੇ ਫਿਰ ਤਰੀਕ ਪਾ ਦਿੱਤੀ ਆ। ਸੋ ਸਿੱਧੇ ਸਿੱਧੀ ਟੇਢੇ ਤਰੀਕੇ ਦੇ ਨਾਲ ਰਿਲੀਫ ਦਿੱਤੀ ਜਾ ਰਹੀ ਆ। ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇਸ ਕੇਸ ਦੇ ਉੱਤੇ ਟ੍ਰਾਇਲ ਆ ਜਿਹੜੇ ਚੱਲ ਚੁੱਕੇ ਆ, ਸ਼ੁਰੂ ਹੋ ਚੁੱਕੇ ਆ, ਚਾਰਜਸਾਂ ਦੇ ਉੱਤੇ ਬਹਿਸ ਹੋਣੀ ਜ਼ਰੂਰੀ ਆ ਅਤੇ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਜ਼ਰੂਰੀ ਆ। ਅਤੇ ਬਹਿਬਲ ਕਲਾਂ ਦੇ ਵਿੱਚ ਜਿਹੜਾ ਵੀ ਕੁਛ ਰਹਿੰਦਾ, ਜਿੰਨਾ ਵੀ ਹਜੇ ਰਿਪੋਰਟ ਸਬਮਿਟ ਕਰਨ ਵਾਲੀਆਂ ਰਹਿੰਦੀਆਂ, ਜਾਂ ਜਿਹੜਾ ਕੁਛ ਉਹ ਕੋਰਟ ਦੇ ਵਿੱਚ ਅੱਗੇ ਚਾਰਜਸ ਦੇ ਲਈ ਲੋੜੀਦਾ, ਉਹ ਜਲਦੀ ਤੋਂ ਜਲਦੀ ਆ ਸੈੱਟ 'ਤੇ ਸਰਕਾਰ ਉਹਨੂੰ ਪ੍ਰੋਵਾਈਡ ਕਰਾਵੇ ਅਤੇ ਅਗਲੀਆਂ ਕਾਰਵਾਈਆਂ ਜਿਹੜੀਆਂ ਦੋਸ਼ੀਆਂ 'ਤੇ ਕਾਰਵਾਈਆਂ ਵਾਲੀਆਂ ਹੋਣ। ਅੱਜ ਉਮਰਾਨ ਅੰਗਲ, ਚਰਨਜੀਤ ਸ਼ਰਮਾ ਅਤੇ ਵਿਕਰਮ, ਉਹਨਾਂ ਦੇ ਨਾਲ ਹੋਰ ਵੀ ਜਿਹੜੇ ਇਹਦੇ 'ਚ ਆਫਿਸਰ ਇਨਵੋਲਵ ਆ ਉਹ ਵੀ ਇੱਥੇ ਮੌਜੂਦ ਸੀਗੇ। ਸੋ 2015 ਦਾ ਇਹ ਮਾਮਲਾ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ, ਸੋ ਕਈ ਵੱਡੇ ਲੀਡਰਾਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਸੀ। ਹੁਣ ਵੇਖਣਾ ਹੋਵੇਗਾ ਅਦਾਲਤ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ ਦੇ ਉੱਤੇ ਕੀ ਕੀਤਾ ਜਾਂਦਾ ਤਾਂ ਨਾਲ ਸਮਾਂ ਦੱਸੇਗਾ। ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਅਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।